ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਵੇਰਾ ਟੀਵੀ। ਇਸ ਵਕਤ ਅਸੀਂ ਮੌਜੂਦ ਹਾਂ ਨਗਰ ਥਾਣਾ 1 ਦੇ ਵਿੱਚ। ਦੋਸਤੋ, ਕੱਲ੍ਹ ਨਿਊ ਧਰਮ ਨਗਰੀ ਏਰੀਆ ਦੇ ਵਿੱਚ ਝਾੜੀਆਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਹਦਾ ਨਾਮ ਮਨਿੰਦਰ ਉਰਫ ਸੋਨੂ ਪੁੱਤਰ ਭੁਪਿੰਦਰ ਸਿੰਘ ਵਾਸੀ ਨਿਊ ਧਰਮ ਨਗਰੀ ਗਲੀ ਨੰਬਰ 1 ਸੀ। ਇਸ ਨੌਜਵਾਨ ਦੀ ਲਾਸ਼ ਝਾੜੀਆਂ ਦੇ ਵਿੱਚ ਮਿਲੀ ਸੀ। ਇਹਨਾਂ ਦੇ ਮਾਂ ਪਿਓ ਨੇ ਖਦਸ਼ਾ ਜਤਾਇਆ ਸੀਗਾ ਕਿ ਮਨਿੰਦਰ ਦੀ ਹੈਲਿਕਸ ਗੱਡੀ ਇੱਕ ਐਸੀ ਗੱਡੀ ਹੈ ਜਿਹਦੇ ਵਿੱਚ ਬਹੁਤ ਪਾਵਰ ਆ। ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ, ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ 'ਤੇ ਐਕਸੀਡੈਂਟ ਅਤੇ ਸੜਕਾਂ 'ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ। 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ, ਕੋਈ ਟਰੱਕ ਖੜਾ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ। ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ। ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ। ਅਤਿ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤਿ ਆਧੁਨਿਕ ਵਾਹਨ ਪੰਜਾਬ ਭਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ। ਇਹਨਾਂ ਦੀ ਮੌਜੂਦਗੀ ਦੇ ਚਲਦਿਆਂ SSF ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ। ਜਿਹੜਾ ਕਿ ਕਤਲ ਕੀਤਾ ਗਿਆ ਹੈ ਉਸ ਦੇ ਉੱਪਰ ਪੁਲਿਸ ਵੱਲੋਂ ਜਾਂਚ ਕੀਤੀ ਗਈ ਤੇ ਜਾਂਚ ਤੋਂ ਬਾਅਦ ਪੁਲਿਸ ਨੇ 4 ਲੋਕਾਂ ਖਿਲਾਫ ਕੇਸ ਦਰਜ ਕੀਤਾ ਜਿਹਦੇ ਵਿੱਚੋਂ 3 ਆਰੋਪੀਆਂ ਨੂੰ ਫੜ ਲਿਆ ਗਿਆ ਹੈ। ਆਪਾਂ ਨਗਰ ਥਾਣਾ 1 ਦੇ ਮੁਖੀ ਮਨਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਪੂਰਾ ਮਸਲਾ ਸੀ ਕੀ। 4 ਦੋਸਤਾਂ ਨੇ ਮਿਲ ਕੇ ਆਪਣੇ ਇੱਕ ਦੋਸਤ ਦਾ ਕਤਲ ਕਰ ਦਿੱਤਾ ਜਿਹੜਾ ਕਿ ਮੋਹਾਲੀ ਫੋਰਟਿਸ ਦੇ ਵਿੱਚ ਨੌਕਰੀ ਕਰਦਾ ਸੀਗਾ ਤੇ ਇਹ ਨੌਜਵਾਨ ਅਬੋਹਰ ਦੇ ਵਿੱਚ ਆਇਆ ਹੋਇਆ ਸੀਗਾ ਆਪਣੇ ਪਰਿਵਾਰ ਦੇ ਵਿੱਚ ਤੇ ਬੀਤੇ ਦਿਨ ਉਸ ਦੀ ਲਾਸ਼ ਝਾੜੀਆਂ ਦੇ ਵਿੱਚ ਮਿਲੀ ਸੀ ਤੇ ਪੁਲਿਸ ਨੇ ਇਸ ਮਾਮਲੇ ਨੂੰ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਸਾਡੇ ਨਾਲ ਨੇ ਨਗਰ ਥਾਣਾ 1 ਦੇ ਮੁਖੀ ਇੰਸਪੈਕਟਰ ਮਨਿੰਦਰ ਸਿੰਘ ਜੀ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਮਸਲਾ ਕੀ ਸੀਗਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਕੀ ਮਸਲਾ ਸੀਗਾ ਸਰ? ਇੱਕ ਕੱਲ੍ਹ ਦੇ ਸ਼ਾਮ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਝਾੜੀਆਂ ਦੇ ਵਿੱਚ ਸੀਡ ਫਾਰਮ ਏਰੀਆ ਦੇ ਵਿੱਚ ਇੱਕ ਡੈੱਡ ਬੋਡੀ, ਜਿਹੜੀ ਅਨਨੋਨ ਡੈੱਡ ਬੋਡੀ ਪਈ ਹੈ ਜੋ ਕਾਫੀ ਗਲ ਸੜ ਚੁੱਕੀ ਹੈ, ਜਿਸ ਨੂੰ ਅਸੀਂ ਮੌਕੇ 'ਤੇ ਪਹੁੰਚ ਕੇ ਅਸੀਂ ਜਿਹੜੇ ਇਹਦੀ ਪੜਤਾਲ ਕੀਤੀ ਤਾਂ ਜਿਹੜੀ ਬੋਡੀ ਦੀ ਆਈਡੈਂਟੀਫਿਕੇਸ਼ਨ ਸੀਗੀ ਉਹ ਮਨਿੰਦਰ ਸਿੰਘ ਸੀਗੇ, ਸੋਨੂ ਪੁੱਤਰ ਭੁਪਿੰਦਰ ਸਿੰਘ ਜਿਹੜਾ ਵਾਸੀ ਧਰਮ ਨਗਰੀ ਦੀ ਹੋਈ, ਜਿਸਦੇ ਫਾਦਰ ਨਾਲ ਅਸੀਂ ਜਦੋਂ ਕੰਟੈਕਟ ਕੀਤਾ ਤਾਂ ਉਹਦੇ ਸਟੇਟਮੈਂਟ ਦੇ ਆਧਾਰ 'ਤੇ ਅਸੀਂ 4 ਬੰਦਿਆਂ ਦੇ ਉੱਤੇ FIR ਰਜਿਸਟਰ ਕੀਤੀ। ਅਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ, ਹਰਮੇਲ ਸਿੰਘ ਹੈਪੀ ਡਾਕਟਰ, ਚੰਚਲ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਸਿਮਰਨਜੀਤ ਸਿੰਘ ਗੁਰਗਰੀਬ ਪੁੱਤਰ ਸੁਖਜੀਤ ਸਿੰਘ, ਜਿਹੜੇ ਕਿ ਇਹਦੇ ਨਾਂ ਇੱਥੋਂ ਦੇ ਹੀ ਲੋਕਲ ਹੀ ਰਹਿਣ ਵਾਲੇ ਸੀਗੇ, ਜਿਸ ਦੇ ਮੁਤਾਬਕ ਜਿਹੜਾ ਇਹ ਮਨਿੰਦਰ ਸਿੰਘ ਹੈਗਾ ਇਹਦੇ ਨਾਲ ਇਹਨਾਂ ਨਾਲ ਹੀ ਲਾਸਟ ਟਾਈਮ ਇਹਨਾਂ ਦੇ ਨਾਲ ਗਿਆ ਸੀ, ਜਿਸ ਦੇ ਇਹਨਾਂ ਨੇ ਕੁਛ ਨਾ ਕੁਛ ਇਹਨਾਂ ਦਾ ਜਿਹੜੇ ਪਲੈਨਿੰਗ ਕਰਕੇ ਜਾਂ ਸਡਨ ਇਹਨਾਂ ਦੀ ਝੜਪ ਹੋਈ ਜਿਸ ਕਰਕੇ ਇਹਨਾਂ ਨੇ ਇਹਦਾ ਕਤਲ ਕਰ ਦਿੱਤਾ, ਇਹਦੀ ਬੋਡੀ ਨੂੰ ਡਿਸਪੋਜ਼ ਆਫ ਕਰਨ ਲਈ ਝਾੜੀਆਂ ਵਿੱਚ ਸੁੱਟ ਦਿੱਤਾ। ਜਿਸ ਸੰਬੰਧੀ ਅਸੀਂ ਇੱਕ FIR ਜਿਹੜੀ ਹੈਗੀ 207 ਨੰਬਰ ਜਿਹੜੀ ਇਹਨਾਂ 4 ਦੋਸ਼ੀਆਂ ਦੇ ਖਿਲਾਫ ਅਸੀਂ ਦਰਜ ਕਰ ਲਈ। ਕਿੰਨੇ ਦਿਨਾਂ ਤੋਂ ਆਇਆ ਹੋਇਆ ਸੀਗਾ ਅਬੋਹਰ ਇਹ? ਇਹਨਾਂ ਦੇ ਫਾਦਰ ਦੇ ਸਟੇਟਮੈਂਟ ਤੋਂ ਪਿਛਲੇ 10 12 ਦਿਨਾਂ ਤੋਂ ਇਹ ਅਬੋਹਰ ਆਇਆ ਹੋਇਆ ਸੀਗਾ ਤੇ ਤਕਰੀਬਨ ਇਹਦੇ ਘਰ ਹੀ ਸੀਗਾ, ਜਿਸ ਦੀ ਪਹਿਲਾਂ ਇਹ ਜੋਬ ਜਿਹੜਾ ਹੈਗਾ ਮੋਹਾਲੀ ਫੋਰਟਿਸ ਦੇ ਵਿੱਚ GNM ਦੇ GNM ਜੋਬ ਕਰਦਾ ਸੀ। ਕਾਰਨ ਕੀ ਰਿਹਾ ਸਰ ਇਹਨਾਂ ਦਾ ਜੀ? ਹੁਣ ਤੱਕ ਦੇ ਇਸ ਚੀਜ਼ ਤੋਂ ਕਾਰਨ ਤਾਂ ਇਹਦਾ ਇਹੀ ਕਲੀਅਰ ਹੋਇਆ ਵੀ ਇਹ 4 ਜਿਹੜੇ ਇਹਦੇ ਨਾਲ ਦੇ ਫਰੈਂਡ ਸਰਕਲ ਦੇ ਵਿੱਚ ਇਹਨਾਂ ਦੇ ਬੰਦਿਆਂ ਦੇ ਨਾਲ ਲਾਸਟ ਟਾਈਮ ਗਿਆ, ਜਿਨ੍ਹਾਂ ਨੇ ਉੱਥੇ ਸਡਨ ਇਹਨਾਂ ਦੀ 4 ਜਣਿਆਂ ਦੇ ਨਾਲ
ਡਿਸਕਲੋਜ਼ਰ ਤੇ ਪਤਾ ਲੱਗਣ ਵੀ ਉਸ ਸਡਨ ਝੜਪ ਹੋਈ ਹੈ, ਜਿਨ੍ਹਾਂ ਦਾ ਬਾਡੀ ਦੇ ਦੇਖਣ ਨਾਲ ਉਹਦੇ ਕੋਈ ਸੱਟ ਆਈ ਹੈ ਜਿਹੜੀ ਵੀ, ਉਹ ਸੱਟਾਂ ਜਿਹੜੀਆਂ ਹੈਗੀਆਂ ਨੇ ਵੀ ਉਹ ਮਰਨ ਤੋਂ ਬਾਅਦ ਦੀਆਂ ਨੇ ਜਾਂ ਪਹਿਲਾਂ ਦੀਆਂ ਨੇ, ਜਿਸ ਸੰਬੰਧੀ ਅਸੀਂ ਇਹਦਾ ਪੋਸਟਮਾਰਟਮ ਜਿਹੜਾ ਹੈਗਾ ਡਾਕਟਰਾਂ ਵੱਲੋਂ ਬੋਰਡ ਬਣਵਾ ਕੇ ਕਰਾਇਆ ਗਿਆ, ਜਿਹਨਾਂ ਦੇ ਸਹੀ ਕਾਰਨਾਂ ਦਾ ਜਿਹੜਾ ਹੈਗਾ ਇਹਨਾਂ ਦੀ ਪੋਸਟਮਾਰਟਮ ਮੈਡੀਕਲ ਰਿਪੋਰਟ ਤੋਂ ਤੇ ਇਹਨਾਂ ਦੇ ਡਿਸਕਲੋਜ਼ਰ ਤੋਂ ਹੀ ਆਪਾਂ ਇਹਦੇ ਬਾਰੇ ਪਤਾ ਲੱਗਾ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।